ਅਕਾਲ ਜੀ, ਮੈਂ ਗੁਰਸ਼ਰਨ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਧੂ ਬੁਟੀਕ ਅੰਮ੍ਰਿਤਸਰ ਚੈਨਲ ਤੇ। ਹੋਰ ਸੁਣਾਓ, ਕੀ ਹਾਲ? ਸਾਰੇ ਠੀਕ ਠਾਕ ਹੋ? ਹਾਂਜੀ, ਅੱਜ ਸੂਟ ਜਿਹੜੇ ਬਣ ਕੇ ਆਪਾਂ ਕੋ ਆਏ ਸੀ ਉਹ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ। ਇਹਨਾਂ ਦੇ ਵਿੱਚੋਂ ਕੁਝ ਸੈਂਪਲ ਆਪਾਂ ਰੈਡੀ ਕਰਵਾਏ ਨੇ, ਉਹ ਤੁਹਾਨੂੰ ਦਿਖਾਉਂਦੇ ਆ। ਉਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਨੰਬਰ ਤੇ ਭੇਜ ਕੇ ਉਹਦੀ ਡਿਟੇਲ ਪੁੱਛ ਸਕਦੇ ਹੋ, ਤੁਸੀਂ ਆਰਡਰ ਕਰਵਾ ਸਕਦੇ ਹੋ, ਬੁੱਕ ਕਰਵਾ ਸਕਦੇ ਹੋ। ਚਲੋ ਚੱਲਦੇ ਆਪਾਂ ਤੁਹਾਨੂੰ ਸੂਟ ਜਿਹੜੇ ਬਣਾਏ ਨੇ। ਇਹ ਜਿਹੜਾ ਸੂਟ ਡੰਮੀ ਤੇ ਪਿਆ, ਇਹਦੇ ਨਾਲ ਦਾ ਸੇਮ ਸੂਟ ਆਪਾਂ ਜਿਹੜਾ ਰੈਡੀ ਕਰਵਾਇਆ, ਸਟਿਚ ਕਰਵਾਇਆ। ਇਹ ਸੂਟ ਤੁਹਾਨੂੰ ਮੈਂ ਦਿਖਾਉਣ ਲੱਗੀ, ਪਹਿਲਾਂ ਸਭ ਤੋਂ ਪਹਿਲਾਂ ਇਹ ਵਿਖਾਵਾਂਗੀ ਕਿਉਂਕਿ ਇਹ ਸੂਟ ਸਟਿਚ ਹੋ ਕੇ ਇਹਦੀ ਲੁਕਿੰਗ ਕਿਹੋ ਜਿਹੀ ਆਉਂਦੀ ਹੈ, ਇਹ ਤੁਹਾਨੂੰ ਅੱਜ ਦਿਖਾਉਣ ਲੱਗੀ ਹੈ। ਇਹ ਦੇਖੋ, ਸਭ ਤੋਂ ਪਹਿਲਾਂ ਇਹ ਹੈਗੀ ਪਿੰਕ ਸ਼ੇਡ, ਇਹ ਹੈਗੀ ਮਜੈਂਟਾ ਸ਼ੇਡ, ਇਹ ਹੈਗੀ ਪਿੰਕ ਸ਼ੇਡ। ਪਿੰਕ ਸ਼ੇਡ ਦੇ ਵਿੱਚ ਆਪਾਂ ਸਟਿਚ ਕੀਤਾ ਸੂਟ, ਸਟਿਚ ਹੋਇਆ ਬਹੁਤ ਸੋਹਣਾ ਲੱਗਦਾ। ਇਹ ਦੇਖੋ ਸਟਿਚ ਹੋਇਆ ਸੂਟ ਕਿਹੋ ਜਿਹਾ ਲੱਗਦਾ, ਤੁਸੀਂ ਦੇਖ ਸਕਦੇ ਹੋ। ਨੈਕ ਤੇ ਪ੍ਰੋਪਰ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਆਵੇਗਾ, ਨੀਚੇ ਦੇਖੋ ਸਾਰਾ ਕਲੀਆਂ ਵਾਲਾ ਇਸ ਤਰ੍ਹਾਂ ਆਏਗਾ ਡਿਜ਼ਾਈਨ। ਏ ਲਾਈਨ ਸ਼ੇਪ ਦੇ ਵਿੱਚ ਅਸੀਂ ਬਣਾਇਆ ਇਹਨੂੰ, ਪ੍ਰੋਪਰ ਲੁਕਿੰਗ ਤੁਸੀਂ ਦੇਖ ਸਕਦੇ ਹੋ ਸੂਟ ਦੀ, ਬਹੁਤ ਸੋਹਣੀ ਆ ਰਹੀ। ਬਾਜੂ ਜਿਹੜੀ ਅਸੀਂ ਬਣਾਈ ਹੈ ਇਹਦਾ ਡਿਜ਼ਾਈਨ ਇਸ ਤਰ੍ਹਾਂ ਬਾਂਹ ਤੇ, ਬਿਲਕੁਲ ਦੇਖੋ ਮੈਂ ਤੁਹਾਨੂੰ ਪਾ ਕੇ ਵਿਖਾਉਂਦੀ, ਬਹੁਤ ਸੋਹਣਾ ਡਿਜ਼ਾਈਨ ਹੈ। ਇਹ ਦੇਖੋ ਕੱਫ ਵਾਲਾ ਬਾਜੂ ਰਹੇਗਾ, ਇਸ ਤਰ੍ਹਾਂ ਅਸੀਂ ਬਟਨ ਲਗਾਏ ਆ, ਇਹ ਵਾਲੇ ਬਟਨ ਲਗਾਏ ਆ, ਬਟਨ ਦੇਖ ਸਕਦੇ ਤੁਸੀਂ। ਡਿਜ਼ਾਇਨਿੰਗ ਇਹਦੀ ਜਿਹੜੀ ਬਾਜੂ 'ਤੇ ਇੰਝ ਦੀ ਆਏਗੀ, ਬਹੁਤ ਸੋਹਣਾ ਡਿਜ਼ਾਇਨ ਜਿਹੜਾ ਬਾਜੂ 'ਤੇ ਬਣਿਆ ਹੈ, ਵਰਕ ਕਰਾਇਆ ਹੈ। ਇਸੇ ਤਰ੍ਹਾਂ ਤੁਹਾਡੀ ਬਾਜੂ ਜਿਹੜੀ ਰੈਡੀ ਹੋਵੇਗੀ, ਤੁਸੀਂ ਪਾਕਿਸਤਾਨੀ ਬਾਜੂ ਵੀ ਬਣਾ ਸਕਦੇ ਅਤੇ ਇਸ ਤਰ੍ਹਾਂ ਕੱਫ ਵਾਲੀ ਬਾਜੂ ਬਣਾ ਸਕਦੇ। ਸਟਿਚ ਹੋ ਕੇ ਪ੍ਰੋਪਰ ਇਹਦਾ ਜਿਹੜਾ ਆ ਡਿਜ਼ਾਇਨ ਇੰਝ ਜਾਂਦਾ। ਇਹ ਬਾਜੂ ਦੇਖ ਸਕਦੇ ਤੁਸੀਂ ਕੱਫ ਵਾਲੀਆਂ। ਇਹ ਜਿਹੜੇ ਸਾਡੇ ਕਸਟਮਰ ਨੇ, ਬੜੇ ਪਿਆਰੇ ਕਸਟਮਰ, ਉਹਨਾਂ ਨੇ ਸੂਟ ਰੈਡੀ ਕਰਵਾਇਆ, ਉਹਨਾਂ ਨੇ ਕੱਫ ਵਾਲੀ ਬਾਜੂ ਜਿਹੜੀ ਰਖਵਾਈ ਹੈ। ਬੋਟਮ ਜਿਹੜੀ ਇਹਦੇ ਨਾਲ ਆਪਾਂ ਸਲਵਾਰ ਸਟਿਚ ਕੀਤੀ ਹੈ, ਦੇਖੋ ਪਲੇਨ। ਇੰਨਾ ਜਿਹੜਾ ਦੁਪੱਟਾ ਆਏਗਾ, ਦੁਪੱਟਾ ਤੁਹਾਨੂੰ ਮੈਂ ਦਿਖਾਉਂਦੀ ਹਾਂ, ਫੋਰ ਸਾਈਡਡ ਜਿਹੜੀ ਹੈ, ਸਕੈਲਪਿੰਗ ਹੋਈ ਆਰੀ ਵਰਕ ਦੀ। ਦੁਪੱਟਾ ਵੀ ਇਹਦਾ ਬਹੁਤ ਪਿਆਰਾ ਖੁੱਲ੍ਹਾ ਡੁੱਲਾ ਦੁਪੱਟਾ ਹੈ, ਪਿਓਰ ਔਰਗੈਂਜ਼ਾ ਦੇ ਵਿੱਚ। ਇਹ ਦੇਖੋ ਸਕੈਲਪਿੰਗ, ਇਹ ਤੁਸੀਂ ਸਕੈਲਪਿੰਗ ਦੇਖ ਸਕਦੇ ਹੋ, ਗੋਲਡਨ ਦੀ ਜਿਹੜੀ ਹੈ ਸਕੈਲਪਿੰਗ ਹੋਈ ਹੈ, ਰੋਜ਼ ਗੋਲਡਨ ਦੀ। ਵਿੱਚ ਵਿੱਚ ਜਿਹੜਾ ਆ ਫਲਾਵਰ ਆਏਗਾ, ਇਹ ਸਾਰਾ ਜਿਹੜਾ ਆ ਵਿੱਚ ਦੁਪੱਟੇ ਦੇ ਫਲਾਵਰ ਆਏਗਾ, ਇੱਕ ਇੱਕ ਫਲਾਵਰ ਦਿੱਤਾ ਸਾਰੇ ਆਪਾਂ ਵਿੱਚ ਵਿੱਚ। ਇਹ ਦੁਪੱਟੇ ਦੀ ਪ੍ਰੋਪਰ ਲੁੱਕ, ਇਹ ਸੂਟ ਸਟਿਚ ਹੋਇਆ ਬਹੁਤ ਸੋਹਣਾ ਲੱਗਦਾ, ਡਿਜ਼ਾਇਨਿੰਗ ਸੇਮ ਆ। ਇਹਦੇ ਵਿੱਚ ਕਾਫੀ ਕਲਰ ਨੇ ਵੱਖ ਵੱਖ, ਜੇ ਤੁਸੀਂ ਲੈਣੇ ਹੋ ਲੈ ਸਕਦੇ ਹੋ। ਇਹ ਦੇਖੋ ਨੈਕਸਟ ਸੂਟ ਜਿਹੜਾ ਆ ਸੈਂਪਲ ਰੈਡੀ ਕੀਤਾ ਹੈ, ਇਹ ਵੀ ਮੈਂ ਤੁਹਾਨੂੰ ਦਿਖਾਉਣ ਲੱਗੀ। ਇਹ ਵੀ ਸੂਟ ਬਹੁਤ ਸੋਹਣਾ, ਇਹਦੇ ਨਾਲ ਦਾ ਤੁਸੀਂ ਸੈਂਪਲ ਰੈਡੀ ਕਰਵਾ ਸਕਦੇ, ਲੈਣੇ ਹੋਣ ਇਹਦੇ ਵਿੱਚ ਲੈ ਸਕਦੇ, ਛੱਡ ਕੇ ਇਹਦੇ ਵਿੱਚ ਕਲਰ ਕਾਫੀ ਨੇ। ਇਹ ਦੇਖੋ ਇਹ ਵੀ ਪ੍ਰਿੰਟ ਜੌਹਰ ਜੱਟ ਆ, ਪ੍ਰਿੰਟ ਜੌਹਰ ਜੱਟ ਦੇ ਉੱਤੇ ਆਪਾਂ ਜਿਹੜਾ ਆ ਇਹ ਦੇਖੋ ਪਲੇਨ ਔਰਗੈਂਜ਼ਾ ਲਗਾ ਕੇ ਤੇ ਉਹਦੇ ਉੱਤੇ ਵਰਕ ਕੀਤਾ, ਇਹ ਘੇਰਾ ਆ, ਘੇਰੇ 'ਤੇ ਡਿਜ਼ਾਇਨ ਇਸ ਤਰ੍ਹਾਂ ਆਏਗਾ, ਪ੍ਰਿੰਟ ਜਿਹੜਾ ਆ ਆਲ ਓਵਰ ਸੂਟ ਰਹੇਗਾ ਅਤੇ ਇਹਦੇ ਘੇਰੇ 'ਤੇ ਇਸ ਤਰ੍ਹਾਂ ਡਿਜ਼ਾਇਨ ਆਏਗਾ। ਜਿਸ ਤਰ੍ਹਾਂ ਆਇਆ ਸਾਡੇ ਪ੍ਰਿੰਟ ਲੱਗੇ ਨੇ ਜੌਹਰ ਜੱਟ, ਸੇਮ ਇਹਦੇ ਵਰਗੂ ਹੀ ਇਹਦਾ ਸੈਂਪਲ ਜਿਹੜਾ ਰੈਡੀ ਕੀਤਾ ਆ। ਇਹ ਇੱਕ ਸੈਂਪਲ ਸਿਰਫ ਰੈਡੀ ਕੀਤਾ ਤੁਹਾਨੂੰ ਦਿਖਾਉਣ ਵਾਸਤੇ, ਤੁਸੀਂ ਇਸ ਤਰ੍ਹਾਂ ਦਾ ਕੋਈ ਸੂਟ ਲੈਣਾ ਹੋਵੇ ਲੈ ਸਕਦੇ। ਦੁਪੱਟਾ ਜਿਹੜਾ ਹੈ ਇਹਦੇ ਨਾਲ ਇਸ ਤਰ੍ਹਾਂ ਵਰਕ ਆਏਗਾ, ਜਿਸ ਤਰ੍ਹਾਂ ਘੇਰੇ 'ਤੇ ਕੀਤਾ, ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ, ਦੁਪੱਟੇ 'ਤੇ ਵੇਖੋ ਇਸ ਤਰ੍ਹਾਂ ਵਰਕ ਕੀਤਾ, ਜਿਸ ਤਰ੍ਹਾਂ ਘੇਰੇ 'ਤੇ ਵਰਕ ਆ, ਸੇਮ ਇਸੇ ਤਰ੍ਹਾਂ ਇਹਦੇ ਫੋਰ ਸਾਈਡਡ ਵਰਕ ਆਏਗਾ। ਇਹ ਵੀ ਸੂਟ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਸਟਿਚ ਕਰਕੇ, ਦੁਪੱਟੇ 'ਤੇ ਫੋਰ ਸਾਈਡਡ ਇਸੇ ਤਰ੍ਹਾਂ ਡਿਜ਼ਾਇਨ ਆਏਗਾ। ਇਹ ਇਹਦਾ ਦੁਪੱਟਾ ਸੀ,
ਹਾਂਜੀ ਇੱਕ ਨੈਕ ਸੂਟ ਜਿਹੜਾ ਹੋਰ ਰੈਡੀ ਕੀਤਾ ਕਸਟਮਰ ਦਾ ਸੂਟ, ਬਹੁਤ ਪਿਆਰਾ ਸੂਟ ਹੈ, ਇਹ ਵੀ ਤੁਹਾਨੂੰ ਮੈਂ ਦਿਖਾਉਣ ਲੱਗੀ। ਇਹ ਵੀ ਆਪਣਾ ਬੜਾ ਹੀ ਪਿਆਰਾ ਪਿਓਰ ਔਰਗੈਂਜ਼ਾ ਦੇ ਵਿੱਚ ਆ, ਪ੍ਰਿੰਟ ਬਿਲਕੁਲ ਸੌਫਟ ਵਾਲਾ। ਇਹਦੇ ਆਪਾਂ ਨੈਕ 'ਤੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ, ਦੇਖੋ ਕੱਟ ਵਰਕ ਦਾ ਆਪਾਂ ਜਿਹੜਾ ਨੈਕ 'ਤੇ ਡਿਜ਼ਾਈਨ ਦਿੱਤਾ, ਇਸੇ ਤਰ੍ਹਾਂ ਆਪਾਂ ਇਹਦੀ ਬਾਜੂ 'ਤੇ ਦਿੱਤਾ। ਇਹ ਬਾਜੂ 'ਤੇ ਦੇਖ ਸਕਦੇ ਹੋ, ਇਹ ਬਾਜੂ 'ਤੇ ਡਿਜ਼ਾਈਨ ਦਿੱਤਾ ਅਤੇ ਇਹ ਨੈਕ 'ਤੇ ਡਿਜ਼ਾਈਨ ਦਿੱਤਾ। ਅਤੇ ਨਾਲ ਜਿਹੜੀ ਆਪਾਂ ਇਹਦੇ ਸਲਵਾਰ ਤਿਆਰ ਕੀਤੀ ਆ ਉਹ ਵੀ ਬਹੁਤ ਸੋਹਣੀ ਰੈਡੀ ਕੀਤੀ, ਜਿੰਨਾ ਇਹਦੇ ਵਿੱਚ ਪ੍ਰਿੰਟ ਆ ਉਹਦੇ ਅਕੋਰਡਿੰਗ ਜਿੰਨੇ ਕਲਰ ਨੇ ਉਹ ਆਪਾਂ ਸਾਰੇ ਸਲਵਾਰ 'ਤੇ ਦਿੱਤੇ ਆ। ਪਲੇਨ ਇਹਨਾਂ ਗ੍ਰੇ ਕਲਰ ਦੀ ਸਲਵਾਰ ਆਵੇਗੀ ਅਤੇ ਇਹਦੀ ਸਲਵਾਰ ਦੀ ਦੇਖੋ ਆਹ ਪਹੁੰਚੇ 'ਤੇ ਆਪਾਂ ਜਿਹੜਾ ਡਿਜ਼ਾਇਨ ਦਿੱਤਾ, ਸਾਰੇ ਕਲਰ ਇਹਦੇ ਵਿੱਚ ਉਠਾਏ ਨੇ ਅਤੇ ਆਪਾਂ ਇਹਦੇ ਵਿੱਚ ਦਿੱਤੇ ਨੇ। ਕਸਟਮਰ ਨੇ ਸੂਟ ਰੈਡੀ ਕਰਵਾਇਆ, ਸੂਟ ਬਹੁਤ ਸੋਹਣਾ, ਤੁਸੀਂ ਸੇਮ ਸੂਟ ਇਹਦੇ ਨਾਲ ਦਾ ਰੈਡੀ ਕਰਵਾਉਣਾ ਹੋਇਆ ਕਰਵਾ ਸਕਦੇ ਹੋ। ਦੁਪੱਟਾ ਇੰਨਾ ਆਏਗਾ ਟੈਬੀ ਸਿਲਕ ਦਾ, ਲਾਈਨਿੰਗ ਦੇ ਵਿੱਚ ਦੁਪੱਟਾ ਟੈਬੀ ਸਿਲਕ ਦਾ, ਵੇਖੋ ਟਾਈ ਐਂਡ ਡਾਈ ਕਰਵਾ ਕੇ ਉਹਨੂੰ ਸੇਮ ਇਸੇ ਤਰ੍ਹਾਂ, ਅਤੇ ਇੱਧਰ 'ਤੇ ਆਪਾਂ ਕੱਟ ਵਰਕ ਕਰਾਇਆ ਸੇਮ ਉਸੇ ਤਰ੍ਹਾਂ ਦਾ ਡਿਜ਼ਾਇਨ ਦਿੱਤੇ ਆਪਾਂ ਪਾਇਆ ਦੁਪੱਟੇ 'ਤੇ। ਸੇਮ ਸੂਟ ਰੈਡੀ ਕਰਵਾਉਣਾ ਹੋਵੇ ਕਰਵਾ ਸਕਦੇ ਹੋ, ਬਹੁਤ ਸੋਹਣਾ ਸੂਟ ਦੇਖੋ ਇਹ ਰੈਡੀ ਹੋਇਆ। ਇਹਦੇ ਨਾਲ ਦੇ ਸੂਟ ਹੋਰ ਵੀ ਰੈਡੀ ਕਰਨੇ ਦਿੱਤੇ ਆ, ਇਹਦੇ ਨਾਲ ਦੇ ਵੀ ਰੈਡੀ ਕਰਨੇ ਦਿੱਤੇ, ਜੇ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਲੈ ਸਕਦੇ ਹੋ, ਔਡਰ ਕਰਵਾ ਸਕਦੇ ਹੋ। ਮੈਂ ਦਿਖਾਵਾਂਗੀ ਵੀਡੀਓ ਦੇ ਵਿੱਚ ਸੂਟ ਹੋਰ ਬਣ ਕੇ ਆਉਣਗੇ, ਇਹਦੇ ਨਾਲ ਦੇ ਆਪਾਂ ਦਿੱਤੇ ਹੋਏ ਬਣਨੇ। ਇੱਕ ਸੂਟ ਆਪਾਂ ਕੋਲ ਬਚਿਆ ਸੀ, ਉਹ ਤੁਹਾਨੂੰ ਮੈਂ ਦਿਖਾਉਣ ਲੱਗੀ ਹਾਂ। ਅਗਰ ਕਿਸੇ ਨੇ ਸੂਟ ਲੈਣਾ ਹੋਵੇ ਸੂਟ ਤੁਸੀਂ ਬਾਏ ਕਰ ਸਕਦੇ ਹੋ, ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ ਅਤੇ ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ। ਇਹ ਸੂਟ ਸਾਡੇ ਕੋਲ ਹੈਗਾ, ਇਹ ਸੂਟ ਤੁਸੀਂ ਸਾਡੇ ਕੋਲ ਲੈ ਸਕਦੇ ਹੋ, ਅਤੇ ਜਿਹੜਾ ਮੈਂ ਸੂਟ ਦਿਖਾਉਣ ਲੱਗੀ ਹਾਂ ਇਹ ਵੀ ਸੂਟ ਤੁਸੀਂ ਜਿਹੜਾ ਆ ਬਾਏ ਕਰ ਸਕਦੇ ਹੋ। ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਸੂਟ ਨੇ, ਸੂਟ ਬਹੁਤ ਸੋਹਣੇ ਨੇ। ਇਹ ਦੇਖੋ ਇਹ ਜਿਹੜਾ ਇਹਦਾ ਡਿਜ਼ਾਈਨ ਇਸ ਤਰ੍ਹਾਂ ਰਹੇਗਾ, ਇਹਦਾ ਫਰੰਟ ਆਏਗਾ, ਆਹ ਸਾਰਾ ਫਰੰਟ ਆਏਗਾ, ਫਰੰਟ 'ਤੇ ਡਿਜ਼ਾਈਨ। ਇਹਦੇ ਤੁਹਾਨੂੰ ਮੈਂ ਬੈਕ ਵੀ ਦਿਖਾਉਂਦੀ ਹਾਂ, ਬੈਕ ਵੀ ਬਹੁਤ ਸੋਹਣੀ ਆਏਗੀ, ਇਹਦੀ ਬੈਕ ਆਏਗੀ, ਇਹ ਬੈਕ 'ਤੇ ਡਿਜ਼ਾਈਨ ਆਏਗਾ, ਬੈਕ ਫਰੰਟ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ। ਇਹ ਵੀ ਮਸਲੀਨ ਦੇ ਉੱਪਰ ਆ, ਪਲੇਨ ਇੰਨਾ ਬੋਟਮ ਰਹੇਗੀ ਮਸਲੀਨ ਦੀ, ਇਹ ਇੰਨਾ ਬੋਟਮ ਪਲੇਨ, ਦੁਪੱਟਾ ਇੰਨਾ ਬਹੁਤ ਸੋਹਣਾ ਆਏਗਾ ਮਸਲੀਨ ਦਾ, ਅਗਰ ਕਿਸੇ ਨੇ ਲੈਣਾ ਸੂਟ ਲੈ ਸਕਦੇ ਹੋ, ਬਹੁਤ ਸੋਹਣਾ ਸੂਟ ਹੈ। ਇਹ ਦੇਖ ਬੜਾ ਪਿਆਰਾ ਸੂਟ ਹੈ, ਦੇਖ ਬਹੁਤ ਸੋਹਣਾ ਸੂਟ ਹੈ। ਹਾਂਜੀ ਇੱਧਰ ਲੀਲਨ ਦਾ ਸੂਟ ਹੈ, ਇਹਦੇ ਨਾਲ ਦਾ ਸੂਟ ਇੱਕ ਮੈਂ ਅੱਗੇ ਦਿਖਾਇਆ ਸੀ ਤੁਹਾਨੂੰ, ਇੱਕ ਕਸਟਮਰ ਨੇ ਹੋਰ ਸੂਟ ਸਾਡੇ ਕੋਲ ਇਹ ਵਾਲਾ ਲਿਆ ਆ। ਇਹ ਦੇਖੋ ਇਹਦੇ ਵਿੱਚ ਵੀ ਬੜੇ ਪਿਆਰੇ ਪ੍ਰਿੰਟ ਹੈਗੇ, ਜੇ ਕਿਸੇ ਨੇ ਲੈਣੇ ਤੁਸੀਂ ਲੈ ਸਕਦੇ ਹੋ। ਦੁਪੱਟਾ ਇਹਦੇ ਨਾਲ ਜਿਹੜਾ ਪਿਓਰ ਚਨੌਨ ਦਾ ਕਰਵਾਇਆ, ਡਾਈ ਕਰਵਾਇਆ, ਅਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਲੈਸ ਲਗਾਈ। ਇਹ ਵੀ ਆਪਣੇ ਕਸਟਮਰ ਦਾ ਸੂਟ ਹੈ, ਬਹੁਤ ਸੋਹਣਾ ਸੂਟ ਹੈ, ਇਹ ਵੀ ਲੀਲਨ ਫੈਬਰਿਕ ਜਿਹੜਾ ਆ ਬਹੁਤ ਸਾਰੇ ਪਸੰਦ ਕਰਦੇ, ਇਹਦੇ ਨਾਲ ਦੇ ਮੈਂ ਅੱਗੇ ਵੀ ਸੂਟ ਜਿਹੜੇ ਦਿੱਤੇ ਨੇ, ਅਤੇ ਆਪਣੇ ਕਸਟਮਰ ਨੇ ਇੱਕ ਨੇ ਹੋਰ ਸੂਟ ਆਪਾਂ ਕੋਲ ਲਿਆ। ਹਾਂਜੀ ਇਸ ਸੂਟ ਜਿਹੜੇ ਆਪਾਂ ਐਰਕੀ ਰੈਡੀ ਕਰਕੇ ਆਏ ਹਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਇਹਨਾਂ ਦੇ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਏ ਤੁਸੀਂ ਜਿਹੜਾ ਸਕਰੀਨਸ਼ੋਟ ਲੈ ਕੇ ਅਤੇ ਤੁਸੀਂ ਸੂਟ ਬਣਵਾ ਵੀ ਸਕਦੇ ਹੋ, ਬਾਏ ਵੀ ਕਰ ਸਕਦੇ। ਇਹਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਆਵੇ
ਸੇਮ ਸੂਟ ਜਿਹੜਾ ਤੁਸੀਂ ਸਾਡੇ ਕੋਲ ਇਹਨਾਂ ਨਾਲ ਦੇ ਵੀ ਸੂਟ ਜੇ ਲੈਣੇ ਹੋਣ ਤੁਸੀਂ ਸਾਡੇ ਕੋਲ ਲੈ ਸਕਦੇ। ਪਿੰਕ ਸੂਟ ਜਿਹੜਾ ਮੈਂ ਤੁਹਾਨੂੰ ਸਟਿਚ ਕਰਕੇ ਵਿਖਾਇਆ, ਇੱਕ ਸੂਟ ਜਿਹੜਾ ਮੈਂ ਵੇਅਰ ਕੀਤਾ ਹੈ ਮੈਂ ਤੁਹਾਨੂੰ ਦਿਖਾਉਂਦੀ ਹਾਂ, ਇਹ ਵੀ ਸੂਟ ਬਹੁਤ ਸੋਹਣਾ ਹੈ। ਅਗਰ ਤੁਸੀਂ ਸੇਮ ਸੂਟ ਜਿਹੜਾ ਹੈ ਰੈਡੀ ਕਰਵਾਉਣਾ ਹੋਵੇ ਤੁਸੀਂ ਕਰਵਾ ਸਕਦੇ ਹੋ। ਇਹ ਦੇਖੋ ਇਹ ਸੂਟ ਮੈਂ ਵੇਅਰ ਕੀਤਾ ਹੈ, ਪਿਓਰ ਔਰਗੈਂਜ਼ਾ ਦੀ ਸ਼ਰਟ ਹੈ। ਇਹਦੇ ਉੱਤੇ ਆਪਾਂ ਜਿਹੜਾ ਹੈ ਸਾਰਾ ਪੇਂਟ ਕਰਾਇਆ, ਪੇਂਟ ਦੇ ਉੱਤੇ ਸਾਰਾ ਹੈਂਡ ਦਾ ਕੰਮ ਕੀਤਾ ਹੈ। ਨਾਲ ਇਹਦੇ ਜਿਹੜੀ ਆ ਪੈਂਟ ਬਣਾਈ ਆ, ਪੈਂਟ ਦਾ ਕੱਪੜਾ ਜਿਹੜਾ ਫੈਬਰਿਕ ਪਿਓਰ ਕਾਟਨ ਦਾ ਲਾਇਆ ਆਪਾਂ, ਤੁਸੀਂ ਸੇਮ ਲਗਵਾ ਸਕਦੇ ਹੋ। ਪਿਓਰ ਔਰਗੈਂਜ਼ਾ ਦੀ ਸ਼ਰਟ ਲਏਗੀ, ਇਹਦੀ ਬੈਗ 'ਤੇ ਵੀ ਡਿਜ਼ਾਇਨ ਸੇਮ ਆਪਾਂ ਦਿੱਤਾ ਹੈ, ਇਹ ਦੇ ਸਕਦੇ ਹੋ। ਬੈਗ 'ਤੇ ਸੇਮ ਡਿਜ਼ਾਇਨ ਜਿਹੜਾ ਪੇਂਟ ਦਾ ਆਪਾਂ ਕਰਕੇ ਅਤੇ ਉਹਦੇ ਉੱਤੇ ਹੈਂਡ ਵਰਕ ਕੀਤਾ। ਸਾਈਡ 'ਤੇ ਆਪਾਂ ਜਿਹੜੀ ਸਾਰਾ ਲੇਸ ਦਾ ਕੰਮ ਕੀਤਾ, ਸਾਰੀ ਲੇਸ ਲਗਾਈ ਆ। ਦੁਪੱਟਾ ਤੁਸੀਂ ਦੇ ਸਕਦੇ ਹੋ, ਇਹਨਾਂ ਦੁਪੱਟਾ ਵੀ ਜਿਹੜਾ ਰੈਡੀ ਕੀਤਾ ਸੇਮ ਇਸੇ ਤਰ੍ਹਾਂ ਕੀਤਾ। ਸੇਮ ਸੂਟ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ, ਇਹ ਤੁਸੀਂ ਦੇ ਸੀ ਸਕਦੇ ਹੋ। ਬਹੁਤ ਸੋਹਣਾ ਸੂਟ ਲੱਗਦਾ ਵੇਅਰ ਕੀਤਾ। ਸੇਮ ਸੂਟ ਬਣਾਉਣਾ ਹੋਵੇ ਸੇਮ ਤੁਸੀਂ ਸੂਟ ਦਾ ਆਰਡਰ ਦੇ ਸਕਦੇ ਹੋ, ਕਿਸੇ ਵੀ ਕਲਰ 'ਤੇ ਬਣਵਾ ਸਕਦੇ ਹੋ ਜੇ ਤੁਸੀਂ ਬਣਵਾਉਣਾ ਹੋਵੇ। ਬਹੁਤ ਪਿਆਰਾ ਸੂਟ ਜਿਹੜਾ ਇਹ ਬਣਦਾ ਆ। ਅਗਰ ਵੀਡੀਓ ਪਸੰਦ ਆਈ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਸੂਟ ਕਿਹੋ ਜਿਹੇ ਲੱਗੇ ਨੇ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ। ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟਾਂ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।